52 ਦੰਦੇ ਵਾਲੀ ਪਾ ਦਿੰਦੇ ਆ 14 ਦੰਦੇ ਵਾਲੀ ਪਾ ਦਿੰਦੇ ਤੇ ਕਾਫੀ ਚੱਕਰਾਂ ਦਾ ਫਰਕ ਪੈ ਜਾਂਦਾ ਜਦੋਂ ਉਹਦੇ ਸੰਗਲ ਢਿੱਲੇ ਹੁੰਦੇ ਨਾ ਜਦੋਂ ਟੁੱਟ ਜਾਂਦੀ ਹੈ ਭਾਈ ਸਾਹਿਬ ਸ਼ਾਵੜ ਕਿਉਂ ਟੁੱਟਦੀ ਆ ਕੀ ਟੁੱਟਣ ਦੀ ਆਦੀ ਰੋੜਾ ਖਾਣ ਝਟਕਾ ਲੱਗਦਾ ਰੂਟਰ ਦਾ ਜਾਂ ਥ੍ਰੈਸ਼ਰ ਵਗੈਰਾ ਦਾ ਜਾਂ ਕੀ ਵਜ੍ਹਾ ਹੁੰਦੀ ਹੈ ਥ੍ਰੈਸ਼ਰ ਤੇ ਨਹੀਂ ਭਾਈ ਰੂਟਰ ਤੇ ਚੱਲਦੀ ਹੈ ਜਦੋਂ ਰੂਟਰ ਚੱਲਦਾ ਅਗਰ ਉਹਦੇ ਸੰਗਲ ਢਿੱਲੇ ਹੋਣ ਨਾ ਮੈਂ ਕਿਹਾ ਜਦੋਂ ਇਹਦਾ ਸੰਗਲ ਪਿਛਲੇ ਜੋ ਰੂਟਾ ਵਾਟਰ ਚਲਾਈਦਾ ਨਾ ਰੂਟਾ ਵਾਟਰ ਨੂੰ ਚਲਾਈਦਾ ਵੀ ਉਹ ਇੱਧਰ ਉੱਧਰ ਨਾ ਹੋਵੇ ਹਾਂਜੀ ਜਦੋਂ ਉਹਦੇ ਸੰਗਲ ਢਿੱਲੇ ਹੁੰਦੇ ਨਾ ਜੀ ਉਦੋਂ ਫਿਰ ਇੱਕ ਸਾਈਡ ਨੂੰ ਹੋ ਕੇ ਨਾ ਤੇ ਵੱਟ ਖਾ ਕੇ ਮਰੋੜਾ ਖਾ ਜਾਂਦੀ ਉਦੋਂ ਟੁੱਟ ਜਾਂਦੀ ਹੈ ਇਹ ਇਸ ਕਰਕੇ ਜਦੋਂ ਰੂਟਰ ਚਲਾਉਣ ਲੱਗੋ ਉਹਦੇ ਸੰਗਲ ਦੋਵੇਂ ਇੱਕੋ ਜਾਂ ਬਰਾਬਰ ਥੱਲੇ ਰੱਖ ਕੇ ਬਰਾਬਰ ਕਰਕੇ ਫਿਰ ਚਲਾਓ ਜਿਹੜਾ ਸ਼ਾਫਟ ਸਿੱਧੀ ਚੱਲੇ ਮੋੜ ਮੋੜ ਲੱਗਿਆ ਇਹਨੂੰ ਕੋਈ ਤੰਗੀ ਨਾ ਹੋਵੇ ਜਦੋਂ ਸ਼ਾਫਟ ਸਿੱਧੀ ਨਹੀਂ ਚੱਲਦੀ ਉਦੋਂ ਇਹ ਟੁੱਟ ਜਾਂਦਾ ਜੀ ਸੰਗਲ ਕਿੰਨੇ ਕੁ ਢਿੱਲੇ ਹੋਣੇ ਚਾਹੀਦੇ ਜੇ ਬਰਦਾਸ਼ਤ ਕਰ ਸਕਦੀ ਹੈ ਸ਼ਾਫਟ ਸੰਗਲ ਨਾਰਮਲ ਜੇ ਪਲੇ ਹੋਣੀ ਚਾਹੀਦੀ ਮਸਲਨ ਤੁਸੀਂ ਇੰਜ ਹਿਲਾਓ ਤੇ ਮਾੜਾ ਮਾੜਾ ਇੰਜ ਕਰਨ ਬਸ ਜਿਹੜੇ ਫੀਅਰ ਦੇ ਚੱਕਰ ਘਟਾਏ ਨੇ ਪੀਟੀਓ ਸ਼ਾਫਟ ਦੇ ਇੱਥੋਂ ਗਰਾਰੇ ਤੋਂ ਘਟਾਏ ਗਏ ਜਾਂ ਅੱਗੋਂ ਜਿਹੜੀ ਸ਼ਾਫਟ ਆ ਰਹੀ ਇੰਜਣ ਤੋਂ ਨਹੀਂ ਨਹੀਂ ਆਸ ਗਰਾਰੀ ਤੋਂ ਦੇ ਚੱਕਰ ਜਿਹੜੇ ਹੈ ਨਾ ਪੂਰੇ ਕੀਤੇ ਗਏ ਆ ਅਗਰ ਸਿੱਧੀ ਇੰਜਣ ਵਾਲੀ ਆਏ ਤੇ ਫਿਰ ਬਹੁਤ ਜ਼ਿਆਦਾ ਮਸਲ ਚੱਕਰ ਹੋ ਜਾਂਦੇ ਆ ਨਹੀਂ ਅਫੋਰਡ ਕਰ ਸਕਦਾ ਟਰੈਕਟਰ ਸਹੀ ਇੰਨਾ ਨਹੀਂ ਰੂਟਰ ਕੰਮ ਹੋ ਸਕਦਾ ਜਿੰਨੇ ਦੇ ਚੱਕਰ ਆ ਪਿੱਛੋਂ ਇੰਜਣ ਤੋਂ ਯਾਨੀ ਮੈਸੀ ਜਿੰਨੇ ਚੱਕਰ ਉਹ ਬਰਾਬਰ ਦੇ ਹੋ ਸਕਦੇ ਅਗਰ ਗਰਾਰਾ ਕੱਢ ਦਿੱਤਾ ਜਾਵੇ ਡਾਇਰੈਕਟ ਕੀ ਹੋਵੇ ਤੇ ਮੈਸੀ ਨੂੰ ਜ਼ਿਆਦਾ ਹੋ ਜਾਂਦੇ ਆ ਮੈਸੀ ਨੂੰ ਕਈ ਹਿੱਸੇ ਜ਼ਿਆਦਾ ਹੋ ਜਾਂਦੇ ਲੇਕਿਨ ਇਹ ਵਾ ਵੀ ਇਹਦੇ ਘੱਟ ਨਹੀਂ ਸਕਦੇ ਠੀਕ ਹੁਣ ਇਹ ਕਿਹੜੀ ਆ ਇਹਦੇ 51 ਦੰਦੇ ਹੁੰਦੇ ਆ ਜਿਹੜੀ ਉੱਪਰ ਵਾਲੀ ਹੁੰਦੀ ਆ ਇਹਦੇ ਹੁੰਦੇ ਆ 14 ਠੀਕ ਇਹਦੇ 14 ਹੁੰਦੇ ਇਹਦੇ 52 ਹੁੰਦੇ 51 ਹੁੰਦੇ ਆ ਚੱਕਰ ਜ਼ਿਆਦਾ ਹੋ ਜਾਂਦੇ ਆ ਅਗਰ ਇਹਦੇ 52 ਹੋਣ ਇਹਦੇ 13 ਹੋਣ ਤੇ ਫਿਰ ਚੱਕਰ ਘੱਟ ਜਾਂਦੇ ਆ ਠੀਕ ਹੈ ਹੁਣ ਤੁਹਾਡੀ 13 ਦਿੰਦੇ ਆ 52 ਦਿੰਦੇ ਆ ਤੁਹਾਡੇ ਚੱਕਰ ਥੋੜੇ ਜਿਹੇ ਘੱਟ ਨੇ ਅਗਰ ਅਸੀਂ ਇਹ ਸੈੱਟ ਚੇਂਜ ਕਰਨੇ ਆ ਇਹ 51 ਦਿੰਦੇ ਵਾਲੀ ਪਾ ਦਿੰਦੇ ਆ 14 ਦਿੰਦੇ ਵਾਲੀ ਪਾ ਦਿੰਦੇ ਤੇ ਕਾਫੀ ਚੱਕਰਾਂ ਦਾ ਫਰਕ ਪੈ ਜਾਂਦਾ ਇਹ ਹਿਸਾਬ ਹੋ ਜਾਂਦਾ ਇਹਦਾ ਬਸ ਇੰਨਾ ਕੁ ਫਰਕ ਇਹਦੇ 'ਚ ਪਾਇਆ ਜਾਂਦਾ ਯਾਨੀ ਕਿ ਗਾਜ਼ੀ 65 'ਚ ਤੇ 480 'ਚ ਬਾਕੀ ਤਕਰੀਬਨ ਇੱਕ ਹੀ 480 ਨੂੰ ਕਿੰਨੇ ਦਿੰਦੇ ਵਾਲਾ ਗਰਾਰਾ ਹੋਇਆ ਉਹਨਾਂ ਨੂੰ ਆਈ 52-13 52-13 ਹਾਂਜੀ ਅਗਰ ਅਸੀਂ ਚੇਂਜ ਕਰਾਉਣਾ ਕਰਾ ਸਕਦੇ ਆ ਚੇਂਜ ਇਹਨੂੰ ਕਰਾਉਣਾ ਹੋਵੇ ਤੇ ਹਾਂਜੀ ਕਰਾ ਸਕਦੇ ਆ ਜਿਹੜਾ ਫੀਅਟ ਗਾਜ਼ੀ ਆ ਜਾਂਦਾ ਵੱਡਾ ਗਾਜ਼ੀ ਇਹਨੂੰ ਅਸੀਂ 85 ਹਾਰਸ ਪਾਵਰ ਕਹਿੰਦੇ ਆ ਬੈਰਿੰਗ ਵੱਡਾ ਆ ਜਾਂਦੀ ਆ 51 ਦੰਦੇ ਇਹਦੇ ਹੁੰਦੇ ਆ ਇਹਦੇ 14 ਦੰਦੇ ਹੁੰਦੇ ਆ ਬੈਰਿੰਗ ਵੱਡਾ ਬਦਲਣਾ ਨਾ ਇਹਦੀ ਪਿੱਛੋਂ ਆ ਜਿਹੜਾ ਸਪੀਡ ਵੱਜ ਜਾਂਦੀ ਹੈ ਹਾਂ ਉਸ ਦਿਨ ਉਹਦੇ ਨਾਲ ਇਹਦੀ ਸਪੀਡ ਜਿਹੜੀ ਹੈ ਨਾ ਵੱਜ ਜਾਂਦੀ ਹੈ ਲੇਕਿਨ ਉਹ ਫਿਰ ਬਾਅਦ ਚੋਂ ਅਗਰ ਟੁੱਟ ਜਾਂਦੀਆਂ ਵਾ ਮੂਵਮੈਂਟ ਟੁੱਟ ਜਾਂਦੀਆਂ ਚੱਲਦੇ ਆ ਦੰਦਾ ਟੁੱਟ ਜਾਂਦਾ ਫਿਰ ਅਸੀਂ ਵੱਡੀਆਂ ਪਾ ਦਿੰਦੇ ਆ ਚੱਕਰ ਜ਼ਿਆਦਾ ਹੁਣ ਉਨੀ ਕਤਰਾਈ ਜ਼ਿਆਦਾ ਕਰ ਠੀਕ ਪੈਰੀ ਨੂੰ ਜ਼ਿਆਦਾ ਬਰੀਕ ਕਰ ਤੇ ਅਗਰ ਤੁਸੀਂ ਅਸੀਂ ਚੱਕਰ ਜ਼ਿਆਦਾ ਕਰਦੇ ਆ ਇੰਜਨ ਤੇ ਲੋਡ ਪੈਂਦਾ ਨਹੀਂ ਐਡਾ ਕੋਈ ਨਹੀਂ ਪੈਂਦਾ ਇਸ ਕਰਕੇ ਕਰਦੀ ਤੇ ਅਗਰ ਜ਼ਿਆਦਾ ਲੋਡ ਪੈਂਦਾ ਫਿਰ ਨਹੀਂ ਕਰੀ ਨਾਰਮਲ ਹੀ ਫਰਕ ਪੈਂਦਾ ਲਾਤੋਂ ਕੋਈ ਬੂਤ ਬਾਤੋਂ ਸੀ ਨਹੀਂ ਮੰਨਦੇ